ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬਣਾਵਾਂਗੇ ਜੀ ਆਪਾਂ ਪਰਮਲਾ ਦੀ ਸਬਜ਼ੀ, ਕਿਉਂਕਿ ਤੁਹਾਨੂੰ ਪਤਾ ਆਪਾਂ ਨੇ ਪਰਮਲਾ ਦੀ ਬੇਲ ਲੈ ਕੇ ਆਉਂਦੀ ਸੀਗੀ ਭਲਾਈਆਣੇ ਤੋਂ, ਅਤੇ ਇਹ ਪਤਾ ਨਹੀਂ ਮੈਨੂੰ ਇਹ ਸਬਜ਼ੀ ਕਿਹੜੀ ਸੀਜ਼ਨਲ ਆ, ਅਤੇ ਗਰਮੀਆਂ ਵਿੱਚ ਵੀ ਬਹੁਤ ਲੱਗਦੀ ਆ, ਸਰਦੀਆਂ ਵਿੱਚ ਵੀ ਬਹੁਤ ਲੱਗਦੀ ਆ, ਹੁਣ ਤਾਂ ਇੰਨੇ ਕੁ ਜ਼ਿਆਦਾ ਲੱਗਦੇ ਨੇ। ਅੱਜ ਤੋੜ ਕੇ ਲੈ ਕੇ ਆਓ ਅਤੇ ਦੂਜੇ ਦਿਨ ਬਹੁਤ ਜ਼ਿਆਦਾ ਲੱਗੇ ਹੁੰਦੇ ਨੇ। ਇੱਕ ਮੈਂ ਇਹਦੀ ਵੇਲ ਦੀ ਖਾਸੀਅਤ ਇਹ ਦੇਖੀ ਆ, ਕਿਉਂਕਿ ਤੋਰੀਆਂ ਦੀ ਵੇਲ ਆ, ਕੱਦੂਆਂ ਦੀ ਵੇਲ ਆ, ਕੋਈ ਵੀ ਵੇਲ ਆ, ਉਹਨਾਂ ਦੇ ਸਾਰਿਆਂ ਦੇ ਜਦੋਂ ਫੁੱਲ ਆਉਂਦੇ ਨੇ ਅਤੇ ਮਾੜੀ ਜਿਹੀ ਹਵਾ ਚੱਲੇ ਕੁਛ ਵੀ ਹੋਵੇ ਝੜ ਜਾਂਦੇ ਨੇ। ਇਹ ਚਾਹੇ ਹਨੇਰੀ ਆਈ ਜਾਵੇ ਇਹਦਾ ਫੁੱਲ ਬਿਲਕੁਲ ਨਹੀਂ ਝੜਦਾ ਹੈਗਾ। ਇਹ ਸਬਜ਼ੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਕਿਉਂਕਿ ਟੇਸਟੀ ਵੀ ਬਹੁਤ ਬਣਦੀ ਆ। ਜਦੋਂ ਬ੍ਰੇਕਫਾਸਟ ਅਸੀਂ ਬਣਾਉਣਾ ਹੁੰਦਾ ਥੋੜ੍ਹੇ ਜਿਹੇ ਤੋੜ ਕੇ ਲੈ ਕੇ ਫਟਾਫਟ ਬਣਾ ਲੈਂਦੇ ਹਾਂ। ਅੱਜ ਕਾਫੀ ਲੱਗੇ ਹੋਏ ਸੀ, ਕੱਲ੍ਹ ਵੀ ਸਬਜ਼ੀ ਬਣਾਈ ਸੀ ਅਤੇ ਅੱਜ ਅਸੀਂ ਸੋਚਿਆ ਵੀ ਚਲੋ ਰੈਸਪੀ ਬਣਾ ਲੈਂਦੇ ਹਾਂ ਇਕੱਲੀ ਸਿੰਪਲ ਪਰਮਲਾਂ ਦੀ। ਪਹਿਲਾਂ ਆਲੂ ਪਾ ਕੇ ਬਣਾਈ ਹੋਈ ਸੀ ਅਤੇ ਸਾਰਾ ਆਪਾਂ ਨੇ ਮਟੀਰੀਅਲ ਕੱਟ ਕੇ ਤਿਆਰ ਕਰਕੇ ਰੱਖਿਆ ਹੋਇਆ। ਇਹ ਲਏ ਨੇ ਜੀ ਆਪਾਂ ਨੇ ਪਰਮਲ, ਇਹਨਾਂ ਨੂੰ ਆਪਾਂ ਨੇ ਲੰਬੇ ਲੰਬੇ ਕੱਟ ਲਿਆ, ਜਿਹੜੇ ਛੋਟੇ ਸੀਗੇ ਉਹਨਾਂ ਦੇ 2 ਪੀਸ ਕਰਤੇ ਅਤੇ ਜਿਹੜੇ ਵੱਡੇ ਸੀਗੇ ਉਹਨਾਂ ਦੇ 4 ਪੀਸ ਕਰਤੇ। ਤੁਸੀਂ ਇਹਨਾਂ ਨੂੰ ਦੂਜੀ ਤਰ੍ਹਾਂ ਗੋਲ ਸ਼ੇਪ ਵਿੱਚ ਕੱਟ ਕੇ ਵੀ ਬਣਾ ਸਕਦੇ ਹੋ ਜੀ। ਆਪਾਂ ਨੇ ਪਿਆਜ਼, ਇਹ 4 ਪਿਆਜ਼ ਨੇ, ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਆਪਾਂ ਨੇ। ਇਹ ਲਏ ਨੇ ਜੀ ਆਪਾਂ ਨੇ 2 ਟਮਾਟਰ ਵੱਡੇ ਸਾਈਜ਼ ਦੇ, ਇਹਨਾਂ ਨੂੰ ਵੀ ਬਰੀਕ ਕੱਟ ਲਿਆ ਆਪਾਂ ਨੇ। ਇਹ ਲਿਆ ਜੀ ਆਪਾਂ ਨੇ ਲਸਣ, ਇਹਦੀ ਵੀ ਬਰੀਕ ਕਟਿੰਗ ਕਰ ਲਈ। ਇਹ ਲਿਆ ਜੀ ਆਪਾਂ ਨੇ ਅਦਰਕ, ਇਹਨੂੰ ਵੀ ਬਰੀਕ ਬਰੀਕ ਕੱਟ ਲਿਆ। ਇਹ ਨੇ ਜੀ ਹਰੀਆਂ ਮਿਰਚਾਂ, ਇਹਨਾਂ ਦੀ ਵੀ ਬਰੀਕ ਕਟਿੰਗ ਕਰ ਲਈ। ਤੁਸੀਂ ਸੋਚਣਾ ਵੀ ਤੁਸੀਂ ਕਿੰਨੀਆਂ ਮਿਰਚਾਂ ਖਾਂਦੇ ਹੋ, ਵੈਸੇ ਇਹ ਮਿਰਚਾਂ ਕੌੜੀਆਂ ਨਹੀਂ ਹੈਗੀਆਂ, ਇਸ ਕਰਕੇ ਥੋੜ੍ਹੀਆਂ ਜਿਹੀਆਂ ਜ਼ਿਆਦਾ ਲੈਣੀਆਂ ਪੈਂਦੀਆਂ ਨੇ। ਕੱਚੀਆਂ ਹਰੀਆਂ ਮਿਰਚਾਂ ਨੇ ਇਹ, ਬਿਲਕੁਲ ਹੀ ਹੱਥਾਂ ਦੇ ਬਹੁਤ ਲੜਦੀਆਂ ਨੇ, ਪਰ ਜਦੋਂ ਤੁਸੀਂ ਸਬਜ਼ੀ ਦੇ ਵਿੱਚ ਪਾਉਂਦੇ ਹੋ ਤਾਂ ਇਹ ਬਹੁਤ ਹੀ ਘੱਟ ਕੌੜੀਆਂ ਨੇ। ਇਹ ਸੁੱਕੇ ਮਸਾਲੇ ਦੇ ਵਿੱਚ ਆਪਾਂ ਨੇ ਸਿਰਫ 2 ਲਾਲ ਮਿਰਚਾਂ ਅਤੇ ਤੇਜ਼ ਪੱਤਾ ਹੀ ਪਾਉਣਾ, ਕਿਉਂਕਿ ਗਰਮ ਮਸਾਲੇ ਦੇ ਵਿੱਚ ਬਾਕੀ ਸਾਰੀਆਂ ਪੀਸੀਆਂ ਹੋਈਆਂ ਚੀਜ਼ਾਂ ਹੈਗੀਆਂ ਨੇ। ਜੀਰਾ ਸਾਬਤ ਪਾ ਲਾਂਗੇ ਅਤੇ ਬਾਕੀ ਲੂਣ ਮਿਰਚ ਮਸਾਲਾ ਜੋ ਆਪਾਂ ਸਿੰਪਲ ਸਬਜ਼ੀਆਂ ਦੇ ਵਿੱਚ ਪਾਉਂਦੇ ਹਾਂ ਅਤੇ ਆਪਾਂ ਨੇ ਉਹ ਵੀ ਪਾਉਣਾ। ਤੇਲ ਆਪਾਂ ਨੇ ਕੜਾਹੀ ਦੇ ਵਿੱਚ ਪਾ ਕੇ ਗੈਸ ਦੇ ਉੱਤੇ ਰੱਖਿਆ ਹੋਇਆ ਸੀ, ਤੇਲ ਆਪਣਾ ਗਰਮ ਆ। ਪਹਿਲਾਂ ਆਪਾਂ ਇਹਨਾਂ ਨੂੰ ਥੋੜ੍ਹੇ ਥੋੜ੍ਹੇ ਫਰਾਈ ਕਰ ਲਾਂਗੇ, ਸਾਰੇ ਪਰਮਲਾਂ ਨੂੰ ਸੁੱਕ ਲਾਂਗੇ। ਵੈਸੇ ਅਸੀਂ ਜ਼ਿਆਦਾਤਰ ਜਦੋਂ ਨੋਰਮਲ ਖਾਣ ਲਈ ਬਣਾਉਂਦੇ ਹਾਂ, ਫਰਾਈ ਕੀਤੇ ਬਿਨਾਂ ਹੀ ਬਣਾਉਣੇ ਹੁੰਦੇ ਹੈਗੇ, ਜਿਸ ਤਰ੍ਹਾਂ ਹੀ ਬਣਾਉਂਦੇ ਹਾਂ ਫਰਾਈ ਕਰਕੇ, ਕਦੇ ਨਹੀਂ ਆਪਾਂ ਬਣਾਉਂਦੇ, ਕਿਉਂਕਿ ਇਹ ਘੁਲਦੇ ਨਹੀਂ ਹੈਗੇ ਇੰਨੇ, ਮਤਲਬ ਕੋਈ ਐਡਾ ਚੱਕਰ ਨਹੀਂ ਗਾ। ਤੁਸੀਂ ਫਰਾਈ ਕਰ ਲਓ ਚਾਹੇ ਨਾ ਕਰੋ, ਇੱਦਾਂ ਐਵੇਂ ਜਦੋਂ ਫਰਾਈ ਹੋ ਜਾਂਦੇ ਨੇ ਤਾਂ ਤੜਕਦੇ ਅਸੀਂ ਜਲਦੀ ਬਣ ਜਾਂਦੇ। ਹਾਂਜੀ, ਕਿ ਜਦੋਂ ਅਸੀਂ ਵੀਡੀਓ ਬਣਾਉਣੀ ਹੁੰਦੀ ਹੈਗੀ ਫਿਰ ਉਹ ਇਹ ਹੁੰਦਾ ਕਿ ਜਲਦੀ ਬਣ ਜਾਂਦੇ ਹੈਗੇ, ਤੜਕਾ ਵੀ ਜ਼ਿਆਦਾ ਮਸਾਲੇ ਵਗੈਰਾ ਯੂਜ਼ ਕਰ ਲਈਦੇ ਆ ਥੋੜ੍ਹੇ, ਕਿ ਨੋਰਮਲ ਕਈ ਲੋਕ ਉੱਦਾਂ ਹੈਗੇ ਆ ਕਿ ਜ਼ਿਆਦਾ ਮਸਾਲੇ ਪਾ ਕੇ ਬਣਾਉਂਦੇ ਹੈਗੇ। ਇੱਧਰ ਦੇਖੋ ਲੜਾਈ ਹੋਣ ਲੱਗ ਗਈ, ਲੱਗੇ ਬਹੁਤ ਤੰਗ ਕਰਦਾ, ਕੜਛੀ ਨਾਲ ਹੀ ਲੜਾਈ ਹੋ ਗਈ ਸੀਗੀ। ਨਾ ਲੜਾਈ ਤਾਂ ਨਹੀਂ ਆਈ, ਸਾਨੂੰ ਕੜਛੀ ਦਾ ਫਿਕਰ ਪੈ ਗਿਆ ਸੀ। ਇਧਰ ਦੇਖੀਏ ਦਰਸ਼ਕ ਪਧਾਰੇ ਹੋਏ ਹੈ ਆਪਣੇ ਜੀ, ਪਰਮਲ ਫਰਾਈ ਹੋ ਗਏ। ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਫਰਾਈ ਨਹੀਂ ਕਰਨਾ ਹੈਗਾ, ਹਾਫ ਫਰਾਈ ਕਰ ਲਓ ਕਿਉਂਕਿ ਫਿਰ ਮਸਾਲੇ ਦੇ ਵਿੱਚ ਵੀ ਭੁੱਜਣੇ ਨੇ। ਅਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਕੱਢ ਲੈਂਦੇ ਹਾਂ। ਤੇਲ ਆਪਣਾ ਗਰਮ ਆ ਜੀ, ਅਤੇ ਹੁਣ ਆਪਾਂ ਇਹਦੇ ਵਿੱਚ ਤੇਜ਼ ਪੱਤਾ ਅਤੇ ਜਿਹੜੀਆਂ 2 ਲਾਲ ਮਿਰਚਾਂ ਪਾਉਣੀਆਂ ਨੇ ਪਾ ਦਿੰਦੇ ਹਾਂ। ਤੁਸੀਂ ਜਿਹੜੇ ਹਿੰਗ ਦਾ ਟੇਸਟ ਪਸੰਦ ਕਰਦੇ ਨੇ ਪਾ ਸਕਦੇ ਹੋ, ਪਰ ਮੈਨੂੰ ਹਿੰਗ ਦੇ ਟੇਸਟ ਵਾਲੀ ਦਾਲ ਸਬਜ਼ੀ ਬਿਲਕੁਲ ਵਧੀਆ ਨਹੀਂ ਲੱਗਦੀ ਹੈਗੀ, ਇਸ ਕਰਕੇ ਮੈਂ ਨਹੀਂ ਪਾਉਂਦੀ ਹੈਗੀ। ਅਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਅਤੇ ਨਾਲ ਹੀ ਪਾ ਦਾਂਗੇ ਪਿਆਜ਼। ਮੰਮੀ ਅੱਜ ਵੀ ਆਪਾਂ ਫਿਰ ਭਲਾਈਆਂ ਵਾਲਿਆਂ ਦੀ ਗੱਲ ਕੀਤੀ ਸੀਗੀ, ਫਿਰ ਸਾਰਿਆਂ ਨੇ ਪੁੱਛਣਾ ਰਵੀ ਸਹੁਰੇ ਨਹੀਂ ਗਿਆ। ਰਵੀ ਸਹੁਰੇ ਜਾਇਆ ਹੈ ਜੀ, ਇੱਕ ਵਾਰ ਨਹੀਂ 2 ਵਾਰ ਜਾਇਆ ਆ, ਪਰ ਕਈ ਵਾਰੀ ਕੋਈ ਕਾਰਨ ਹੁੰਦੇ ਨੇ ਜਿਹਦੀ ਵਜ੍ਹਾ ਕਾਰਨ ਵੀਡੀਓ ਨਹੀਂ ਬਣਾ ਕੇ ਲਿਆਏ ਹੈਗੇ, ਅਤੇ ਹੁਣ ਅਸੀਂ ਉਹ ਸਾਨੂੰ ਜਲਦੀ ਮਿਲਣਗੇ ਅਤੇ ਫਿਰ ਅਸੀਂ ਉਹਨਾਂ ਦੀ ਵੀਡੀਓ ਬਣਾਵਾਂਗੇ। ਅਤੇ ਬਾਕੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਰਵੀ ਸਹੁਰੇ ਜ਼ਰੂਰ ਜਾ ਕੇ ਆਇਆ, ਉਹ ਆਏ ਵੀ ਸੀ, ਮਿਲ ਕੇ ਵੀ ਗਏ ਸੀਗੇ, ਅਤੇ ਨਹੀਂ ਕਈ ਵਾਰੀ ਵੀਡੀਓ ਬਣਾਉਣ ਦੇ ਬੰਦਾ ਮੂਡ ਦੇ ਵਿੱਚ ਹੁੰਦਾ ਅਤੇ ਇਸ ਕਰਕੇ ਵੀਡੀਓ ਨਹੀਂ ਬਣਾਈ, ਨਹੀਂ ਉਹ ਤਾਂ ਬਹੁਤ ਖੁਸ਼ ਹੋ ਕੇ ਵੀਡੀਓ ਦੇ ਵਿੱਚ ਆਉਂਦੇ ਨੇ, ਅਤੇ ਜਦੋਂ ਹੁਣ ਆਪਾਂ ਫਿਰ ਮਿਲੇ ਅਤੇ ਫਿਰ ਆਪਾਂ ਜ਼ਰੂਰ ਉਹਨਾਂ ਦੀ ਵੀਡੀਓ ਬਣਾ ਕੇ ਲਿਆਵਾਂਗੇ। ਸਾਡਾ ਗੁੱਸਾ ਗਿਲਾ ਕੋਈ ਨਹੀਂ ਹੈਗਾ, ਕਈ ਜਣੇ ਨਾ ਗੁੱਸਾ ਕੋਈ ਨਹੀਂ ਸਾਡਾ ਕਿਸੇ ਨਾਲ, ਕਈ ਜਣੇ ਪੁੱਛਦੇ ਸੀਗੇ ਰਵੀ ਤਾਂ ਸਹੁਰੇ ਰੁੱਸ ਗਏ, ਰਵੀ ਰੁੱਸ ਗਿਆ, ਰਵੀ ਤਾਂ ਸਾਡਾ ਵਿਚਾਰਾ ਕਿਸੇ ਨਾਲ ਰੁੱਸਣ ਵਾਲਾ ਹੀ ਨਹੀਂ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ, ਇਹ ਫਾਲਤੂ ਗੱਲ ਕਰਨ ਕਿਸੇ ਨਾਲ, ਨਾ ਕਿਸੇ ਨੂੰ ਕੁਛ ਕਹੇ, ਨਾ 5 ਨਾ 3। ਅਤੇ ਹੁਣ ਜਾਣ ਗਈਆਂ ਜੀ ਇਹਦੇ ਵਿੱਚ ਹਰੀਆਂ ਮਿਰਚਾਂ ਅਤੇ ਅਦਰਕ। ਅਦਰਕ ਕੱਟਿਆ ਹੋਇਆ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ, ਇਹਨੇ ਵਿੱਚੇ ਕੋਲ ਭੁੱਲ ਜਾਣਾ ਮੈਂ ਕਿ ਜਮੇ, ਮੈਂ ਆਲੂ ਵਾਲੇ ਪਰੌਂਠਿਆਂ 'ਚ ਵੀ ਕੱਢ ਕੱਢ ਕੇ ਖਾਧਾ ਸੀ। ਇਹ ਮੇਰੇ ਮਾਲਕਾ, ਉਹ ਤਾਂ ਇੰਨਾ ਵਧੀਆ ਲੱਗਦਾ ਜੇ ਜਾਣ ਥੱਲੇ ਆਉਂਦਾ, ਲੈ ਰਵੀ ਗੱਲ ਸੁਣ ਲਓ ਭਾਈ, ਕਹਿੰਦੀ ਮੈਂ ਆਲੂ ਵਾਲੇ ਪਰੌਂਠਿਆਂ 'ਚ ਅਦਰਕ ਕੱਢ ਕੱਢ ਕੇ ਖਾਧਾ, ਕੱਢ ਕੱਢ ਕੇ ਰੱਖਤਾ, ਸੋਰੀ ਅਦਰਕ ਨਾਲ ਤਾਂ ਬੜੇ ਸਵਾਦ ਆਉਂਦੇ। ਹਾਂ ਅਦਰਕ ਤੋਂ ਬਿਨਾਂ ਤਾਂ ਸਵਾਦ ਹੀ ਨਹੀਂ, ਜਾਂ ਤਾਂ ਕੱਦੂਕਸ਼ ਕਰਕੇ ਪਾਇਆ ਹੋਵੇ ਜਾਂ ਕੁੱਟ ਕੇ ਜਾਣ ਥੱਲੇ ਆਉਂਦਾ ਨਾ, ਬੜਾ ਵਧੀਆ ਜਾਣ ਥੱਲੇ ਆ ਕੇ ਮੈਨੂੰ ਐਂ ਹੁੰਦਾ ਮੰਮੀ ਵੀ ਟੇਸਟੀ ਖਰਾਬ ਕਰਤਾ ਪੂਰਾ ਉਹਦਾ ਤਾਂ ਪਹਿਲਾਂ ਹੁੰਦਾ ਸੀ। ਥੋੜ੍ਹੀ ਜਿਹੀ ਪਾਵਾਂਗੇ ਆਪਾਂ ਦੇਗੀ ਮਿਰਚ, ਕਿਉਂ ਕਲਰ ਵਧੀਆ ਹੋ ਜਾਂਦਾ ਇਹਦੇ ਨਾਲ। ਹਲਦੀ ਪਾਊਡਰ, ਗਰਮ ਮਸਾਲਾ,
धनिया पाउडर, हल्दी थोड़ी जी होर पा लें, घट लग रही है। आपां ही पावांगे इहदे विच टमाटर, थोड़ा जिहा पानी पा के जी आपां इहनूं चंगी तरह भुज्जण लई रख दिंदे आ, क्योंकि टमाटर सीगे जिहड़े दूजे सीगे इहनां दे विच पानी बहुत घट हुंदा। इत्थे आपां नमक भी पा दिंदे आ, रख दिंदे आ थोड़े टाइम लई ढक के। तड़का अपना भुज गया जी, तो हुण आपां ने जिहड़े परमल फ्राई करके रखे ने तड़के दे विच पा देणे ने। ढक के गैस नूं सिम ते करके रख दिंदे आ, क्योंकि सिम ते ज़्यादा वधिया जिन्ने भी मसाले दे फ्लेवर होंदे ने सारे परमलां दे विच चले जांदे ने। कोई भी सब्जी आ तुसीं सिम ते करके रख दो, एन तड़का चंगी तरह भुन के। ते हुण आपां इहनूं सब्जी नूं मिलदे आ 5 मिनट बाद, क्योंकि सिम ते रखी हुई आ, ना इहने थले लगना, ते उदों तक सारी एन चंगी तरह कुक हो जूगी। आपां जी सिम ते रख के सब्जी चले गए सी, हो गए होणगे 5-6 मिनट, सब्जी अपनी बिल्कुल बनी पई है देखो। तो हुण आपां गैस कर दिंदे आ बंद, सब्जी नूं रख दिंदे आ ढक के, निकल गया। चलो जी, सब्जी तां रात बन के रेडी हो गई सीगी, पर इह जिहड़ियां सुक्कियां सब्जियां ने यार तां सवेरे सवेरे मिस्सी रोटियां आउंदा ते रोटियां तैयार हो रहियां ने, नाल चटनी दही ते परमलां दी सब्जी। डैडी दा टाइम जिहड़ा सवेर दा रोटी दा, ओह तेरी गिर गई डैडी दा टाइम पक्का साडा थोड़ा जिहा अगे पिछे हुंदा वा, मेरा ते तेरे दादू दा टाइम तां पक्का ही स्टाइल भी पक्का ही है, दादू भी अं रोटी खाते हुए टेबल मूहरे रख के, अगर टेबल अं रख लेना फिर टेबल खड़का लग जाना जी रोटी लेट हो गई माड़ी जी 12 बजे। किमें लगी रोटी सब्जी? पुत्र बहुत बढ़िया और बहुत स्वाद आ, ये मम्मी तो महक लगे ही रह चेंज करी जाने अपन जी आदत खराब करी जाती है। मैं लंघते बढ़ते हुए देखा जी थोड़े नवे तरीके बनाई है सब्जी, ਬਾਕੀ ਮਿੱਸੀ ਰੋਟੀ ਨਾਲ ਜਿਹੜਾ ਸਵੇਰੇ ਸੁੱਕੀ ਸਬਜ਼ੀ ਇਹ ਕੰਬੀਨੇਸ਼ਨ ਤਾਂ ਬੜਾ ਵਧੀਆ ਵਾ। ਇਹ ਬੁੱਤ ਹੈ ਵੀ ਕਈ ਵੈਰਾਈਟੀਆਂ ਨੇ। ਹਾਂਜੀ ਹਾਂਜੀ ਹਾਂਜੀ। ਮੇਰੇ ਘਰ 4-5 ਸਬਜ਼ੀਆਂ ਕੱਟ ਕੇ ਇਹਨਾਂ ਨੇ ਕੱਟ ਕੇ ਬਣਾਈ ਹੁੰਦੀ। ਤੁਸੀਂ ਦਹੀਂ ਨਹੀਂ ਖਾਂਦੇ ਨਾ? ਮੈਂ ਨਹੀਂ ਤੇ ਦਹੀਂ ਘੱਟ ਖਾਂਦਾ। ਨਹੀਂ ਇੱਕੋ ਸਬਜ਼ੀ ਹੈ। ਪਰਮਲਾਂ ਦੀ ਸਬਜ਼ੀ ਰੜੀ ਕੱਢੀ। ਹੋਰ ਕਿੰਨੀਆਂ ਸਬਜ਼ੀਆਂ ਹੋ ਗਈਆਂ ਤੇ ਅੱਛਾ। ਮੈਨੂੰ ਬਤਾਓ ਵੀ ਲੱਗੇ। ਉਹ ਕੱਟੇ ਇਸ ਹਿਸਾਬ ਨਾਲ ਹੋਏ ਨੇ, ਬਣਾਈ ਹੋਈ ਨੇ ਮਤਲਬ ਇਸ ਹਿਸਾਬ ਨਾਲ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ, ਉਹ ਮੈਨੂੰ ਵੀ ਲੱਗਦਾ ਜਿਵੇਂ ਉਹ ਦੇਖਣ ਨੂੰ ਸਬਜ਼ੀ ਜਿਹਨੂੰ ਕੱਟਣੀ ਆਉਂਦੀ ਆ ਉਹੀ ਬੰਦਾ ਬੜਾ ਸੌਖਾ। ਹੁਣ ਜੇ ਮੈਨੂੰ ਕੱਟਣ ਲੱਗਦੇ ਮੈਂ ਕੋਈ ਮੋਟੀ ਕੱਟ ਦੂੰ ਕੋਈ ਬਰੀਕ ਕੱਟ ਦੂੰ, ਸਬਜ਼ੀ ਇੱਕੋ ਜਿਹੀ ਕੱਟੋ। ਵਧੀਆ ਲੱਗਦੀ ਸੁਣੀ, ਉਹ ਦੇਖਣ ਨੂੰ ਵੀ ਸੋਹਣੀ ਲੱਗਦੀ ਆ, ਪੱਕਦੀ ਵੀ ਕੱਠੀ ਆ, ਉਹ ਘੁਲਦੀ ਨਹੀਂ। ਹਾਂਜੀ ਹਾਂਜੀ ਹਾਂ, ਆਲੂ ਉਲੂ ਕੱਟੇ ਹੁਣ ਇੱਕੋ ਜਿਹੀ ਸਬਜ਼ੀ 'ਚ ਬਹੁਤ ਵਧੀਆ ਲੱਗਦੇ ਨੇ। ਡੈਡੀ ਖਾਣ ਲੱਗੇ ਨੇ ਆਪਣੀ ਦੂਜੀ ਰੋਟੀ, ਸਬਜ਼ੀ ਜੀ ਦੇਖ ਕੇ ਮੇਰਾ ਵੀ ਜੀ ਕਰਾਇਆ ਹੁਣ ਰੋਟੀ ਖਾਣ ਨੂੰ, ਮੈਂ ਵੀ ਅੱਜ ਹੁਣੇ ਖਾ ਲੈਣੀ ਆ ਨਾਲ ਦੀ ਨਾਲ। ਅਤੇ ਮੈਨੂੰ ਤਾਂ ਸਬਜ਼ੀ ਬਹੁਤ ਸਵਾਦ ਆ ਮਿੱਸੀ ਰੋਟੀ ਦਾ, ਉਹ ਜੀ ਕਰੀ ਜਾਂਦਾ ਦੇਖ ਦੇਖ ਕੇ ਮੇਰਾ, ਉਹ ਕਾਲਜ 'ਚ ਬਈ ਵਾਲੀ ਵਧੀਆ ਲੱਗਦੀ ਆ। ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ, ਇਹ ਸਬਜ਼ੀ ਥੋੜ੍ਹੀ ਜਿਹੀ ਘੱਟ ਕੌਮਨ ਆ ਅਤੇ ਤੁਸੀਂ ਬਣਾ ਕੇ ਖਾਇਓ, ਸਾਨੂੰ ਤਾਂ ਬਹੁਤ ਸਵਾਦ ਲੱਗਦੀ, ਮੈਂ ਤਾਂ ਸਬਜ਼ੀਆਂ ਬਹੁਤ ਲਾਈਕ ਕਰਦਾ ਸੀ, ਬਹੁਤ ਲਾਈਕ ਕਰਦੇ ਹਾਂ ਉੱਤੋਂ ਜੀ ਘਰ ਦੀ ਹੋਵੇ, ਅਤੇ ਖੀਰਿਆਂ ਦੀ ਫੈਮਿਲੀ 'ਚੋਂ ਆ ਜਾਂਦੀ ਆ, ਕੱਚੇ ਵੀ ਖਾਧੇ ਜਾਂਦੇ ਨੇ ਅਤੇ ਐਵੇਂ ਵੀ ਖਾਧੇ ਜਾਂਦੇ ਨੇ, ਜ਼ਰੂਰ ਟਰਾਈ ਕਰਿਓ, ਬਹੁਤ ਸਵਾਦ ਬਣਦੀ ਹੈ ਜੀ। ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।